ਤੇ ਗੁਆਂਢੀ ਦੇਸ਼ ਨੇਪਾਲ ਨੇ ਭਾਰਤੀ ਮੁਦਰਾ ਦੇ ਚਲਨ ਤੇ ਰੋਕ ਲਗਾ ਦਿੱਤੀ ਹੈ। 2 ਸਾਲ ਪਹਿਲਾਂ ਭਾਰਤ ਸਰਕਾਰ ਨੇ ਦੇਸ਼ ਵਿੱਚ ਨੋਟਬੰਦੀ ਕੀਤੀ ਸੀ ਅਤੇ ਹੁਣ ਨੇਪਾਲ ਨੇ 100 ਰੁਪਏ ਤੋਂ ਜ਼ਿਆਦਾ ਦੇ ਭਾਰਤੀ ਨੋਟਾਂ ਦੇ ਚਲਨ ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਦੀ ਕੈਬਨਿਟ ਨੇ ਉਸ ਸਮੇਂ ਪ੍ਰਭਾਵ ਨਾਲ ਇਸ ਆਦੇਸ਼ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਸੂਤਰਾਂ ਮੁਤਾਬਕ ਨੇਪਾਲ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ 100 ਰੁਪਏ ਤੋਂ ਜ਼ਿਆਦਾ ਦੇ ਨੋਟ ਭਾਵ 200, 500 ਅਤੇ 2000 ਰੁਪਏ ਦੇ ਨੋਟ ਨਾ ਰੱਖਣ। ਨੇਪਾਲ ਵਿੱਚ ਹੁਣ 100 ਰੁਪਏ ਤੱਕ ਦੇ ਹੀ ਭਾਰਤੀ ਨੋਟ ਮੰਨਣਯੋਗ ਹੋਣਗੇ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਜਦੋਂ ਨੋਟਬੰਦੀ ਹੋਈ ਸੀ ਤਾਂ ਨੇਪਾਲ ਵਿੱਚ ਵੱਡੀ ਗਿਣਤੀ ਵਿੱਚ 500 ਅਤੇ 2000 ਦੇ ਪੁਰਾਣੇ ਨੋਟ ਸਨ, ਜਿਸ ਦੇ ਕਾਰਨ ਉਹ ਨੋਟ ਉੱਥੇ ਹੀ ਅਟਕ ਗਏ ਸਨ। ਇਸ ਸਮੱਸਿਆ ਨੂੰ ਦੇਖਦੇ ਹੋਏ ਨੇਪਾਲ ਵਿੱਚ ਹੁਣ ਇਹਨਾਂ ਨੋਟਾਂ ਦੀ ਵਰਤੋਂ ਤੇ ਹੀ ਰੋਕ ਲਗਾ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਭਾਰਤੀ ਮੁਦਰਾ ਨੇਪਾਲ ਵਿੱਚ ਆਸਾਨੀ ਨਾਲ ਚੱਲਦੀ ਸੀ। ਨੇਪਾਲ ਦੇ ਕਈ ਬੈਂਕਾਂ ਵਿੱਚ ਸੈਂਕੜਾ ਪੁਰਾਣੇ ਨੋਟ ਫਸੇ ਹੋਏ ਸਨ ਜੋ ਵਾਪਸ ਨਹੀਂ ਹੋ ਪਾਏ ਸਨ। ਦੱਸ ਦਈਏ ਕਿ 8 ਨਵੰਬਰ 2016 ਨੂੰ ਭਾਰਤ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਵਿੱਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਤੇ ਬੈਨ ਲਗਾ ਦਿੱਤਾ ਗਿਆ ਸੀ।